ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪ੍ਰੀਤ ਵਲੌਗ 'ਚ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ। ਜਿਹੜੇ ਵੀਰ ਭਰਾ ਨਵੇਂ ਜੁੜਿਆ ਵੀਰੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਅਤੇ ਅੱਜ ਅਸੀਂ ਟਾਈਟਲ ਤਾਂ ਤੁਸੀਂ ਪੜ੍ਹ ਹੀ ਲਿਆ ਨਾ, ਸੋ ਅੱਜ ਆਪਾਂ ਇਨੋਵਾ 'ਚ ਅੱਜ ਆਪਾਂ ਇਹਦੇ ਥੋੜ੍ਹੇ ਜਿਹੇ ਕੱਪੜੇ ਚੇਂਜ ਕਰਾਉਣੇ ਆ। ਜੋ ਵੀ ਆ ਸੀਟਸ ਵਗੈਰਾ ਹੈਗੀਆਂ ਬਹੁਤ ਮੈਲੀਆਂ ਨੇ ਅਤੇ ਫੱਟ ਵੀ ਚੁੱਕਿਆ ਥੋੜ੍ਹੇ ਜਿਹੇ ਕਵਰ। ਸੋ ਹੁਣ ਆਪਾਂ ਇਹ 'ਤੇ ਪਹਿਲਾਂ ਕੱਪੜੇ ਦਿਆ, ਆਪਾਂ ਹੁਣ ਇਹ 'ਚ ਲੈਦਰ ਵਗੈਰਾ ਦੇ ਹੀ ਦੇਖਾਂਗੇ, ਕਿਉਂਕਿ ਇਹ ਨਾ ਸਾਫ਼ ਕਰਨੇ ਬੜੇ ਔਖੇ ਆ, ਸਾਫ਼ ਨਹੀਂ ਹੁੰਦੇ ਹੈਗੇ। ਅਤੇ ਬਾਕੀ ਆਪਣੇ ਥੋੜ੍ਹੇ ਜਿਹੇ ਨਾ ਜੋ ਸਾਈਡ 'ਤੇ ਕੱਟਣ ਲੱਗੇ ਹੁੰਦੇ ਆ ਦਰਵਾਜ਼ਿਆਂ ਦੇ, ਇਹ ਖਰਾਬ ਹੋ ਚੁੱਕੇ ਆ। ਸੋ ਹੁਣ ਆਪਾਂ ਇਹ ਵੀ ਦੇਖਦੇ ਹਾਂ, ਮਤਲਬ ਉੱਤਰ ਗਿਆ, ਜੇ ਤਾਂ ਇਹੀ ਗਮ ਲੱਗ ਕੇ ਠੀਕ ਹੋ ਗਏ, ਠੀਕ ਆ ਨਹੀਂ ਆਪਾਂ ਇਹ ਵੀ ਫਿਰ ਨਵੇਂ ਲੈਦਰ ਦੇ ਚੜ੍ਹਾ ਲਾਂਗੇ। ਅਤੇ ਹੁਣ ਆਪਾਂ ਚੱਲੇ ਹਾਂ ਡੁਗਰੀ ਰੋਡ 'ਤੇ ਲੁਧਿਆਣੇ, ਜਿੱਥੇ ਮੇਨ ਕਾਰਸ ਦਾ ਸਾਰਾ ਸਮਾਨ ਮਿਲਦਾ, ਅਤੇ ਉੱਥੇ ਜਾ ਕੇ ਦੇਖਦੇ ਹਾਂ ਫਿਰ ਕੀ ਗੱਲਬਾਤ ਬਣਦੀ ਹੈ, ਕਿੰਨੇ ਦੇ ਪ੍ਰਾਈਸਿੰਗ ਆ, ਆਪਾਂ ਸਾਰੇ ਤੁਹਾਨੂੰ ਦੱਸਾਂਗੇ ਅੱਡ ਅੱਡ ਕਵਰਾਂ ਦੇ। ਸੋ ਫਿਰ ਆਓ ਚੱਲੀਏ, ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਓ। ਪ੍ਰਿੰਸ ਕਾਰ ਸੀਟ ਕਵਰ ਦੇ ਸ਼ੋਪ, ਤੁਸੀਂ ਦੇਖ ਸਕਦੇ ਹੋ ਡੁਗਰੀ ਰੋਡ 'ਤੇ ਆ ਸ਼ੋਪ ਇਹ। ਜਦੋਂ ਆਪਾਂ ਉੱਧਰੋਂ ਆਈਏ ਢੋਲੇਆਲ ਤੋਂ, ਜਦੋਂ ਆਪਾਂ ਥਾਣੇ ਵਾਲੀ ਰੋਡ ਇੱਧਰ ਡੁਗਰੀ ਵੱਲ ਨੂੰ ਮੁੜੀਏ ਤਾਂ ਤੀਜੀ ਚੌਥੀ ਸ਼ੋਪ ਹੀ ਆ ਇਹਨਾਂ ਦੀ ਦੁਕਾਨ। ਤੁਸੀਂ ਦੇਖ ਸਕਦੇ ਹੋ ਸਮਾਨ ਬਹੁਤ ਵਧੀਆ ਸਮਾਨ ਪਿਆ ਹੈ। ਸੀਟ ਕਵਰ ਥੋੜ੍ਹਾ ਜਿਹਾ ਫਰਕ ਆ ਰੰਗ ਦਾ, ਕਲਰ ਮੈਚਿੰਗ ਦੇਖਦੇ ਪਏ ਹਾਂ। ਦਿਖਾ ਮੇਰੇ ਵੱਲ ਇਹ ਵਾਲਾ ਮੈਚ ਹੋ ਰਿਹਾ ਵਾ ਕੁਛ ਹੱਦ ਤੱਕ, ਕਿਉਂਕਿ 10 ਮਾਡਲ ਗੱਡੀ ਦੇ ਹਿਸਾਬ ਨਾਲ ਐਗਜੈਕਟ ਤਾਂ ਮਿਲਣਾ ਨਹੀਂ ਹੁਣ ਇੰਟੀਰੀਅਰ ਦੇ ਨਾਲ, ਪਰ ਇਹ ਕਲਰ ਮੈਚ ਹੋ ਰਿਹਾ ਵਾ। ਸੋ ਆਪਾਂ ਆਹ ਵਾਲਾ ਡਿਜ਼ਾਇਨ ਕਲਰ 'ਚ ਅਤੇ ਡਿਜ਼ਾਇਨ ਸਿਲੈਕਟ ਕਰ ਰਹੇ ਹਾਂ। ਸੋ ਹੁਣ ਕਵਰ ਖੁੱਲ੍ਹਣ ਲੱਗ ਗਿਆ, ਤੁਸੀਂ ਦੇਖ ਸਕਦੇ ਹੋ ਸੀਟ ਦਾ ਕਿੰਨਾ ਬੁਰਾ ਹਾਲ ਆ। ਇਹ ਅਗਲੀਆਂ ਦੋਨੋਂ ਸੀਟਾਂ ਜੋ ਹੈ ਖੋਲ੍ਹ ਕੇ ਹੁਣ ਰਿਪੇਅਰ ਕਰਨਗੇ ਸੀਟਸ, ਅਤੇ ਓਰੀਜਨਲ ਸੀਟ ਕਵਰ ਤੁਸੀਂ ਚੈੱਕ ਕਰ ਸਕਦੇ ਹੋ। ਸੋ ਦੋ ਜਾਣੇ ਗੱਡੀ ਆਪਣੀ ਖੋਲ੍ਹਣ 'ਤੇ ਲੱਗ ਚੁੱਕੇ ਆ। ਸੋ ਦੇਖ ਸਕਦੇ ਤੁਸੀਂ ਬਕਟ ਫਿੱਟ ਸੀਟ ਕਰਨ ਲਈ ਅਤੇ ਰਿਪੇਅਰ ਕਰਨ ਲਈ ਕੰਪਨੀ ਦਾ ਜੋ ਓਰੀਜਨਲ ਕਵਰ ਆ ਉਹਨਾਂ ਨੂੰ ਖੋਲ੍ਹਣਾ ਪੈਂਦਾ, ਉਹਨਾਂ ਦੀਆਂ ਸੀਲਾਂ ਉਸ ਤੋਂ ਇਲਾਵਾ ਬਕਟ ਫਿੱਟ ਨਹੀਂ ਹੁੰਦੀ ਹੈਗੀ। ਸੋ ਸੀਟ ਹੁਣ ਮੈਂ ਤੁਹਾਨੂੰ ਚੈੱਕ ਕਰਾਉਂਦਾ ਵਾਂ, ਹਾਂ ਇੱਕ ਵਾਰ ਮੁੰਡਾ ਆਪਾਂ ਪੂਰੀ ਸੀਟ ਖੋਲ੍ਹ ਲਵੇ। ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦਾ ਵਾਂ ਜੋ ਸੀਟ ਆ ਕਿੰਨਾ ਬੁਰਾ ਹਾਲ ਹੋ ਚੁੱਕਿਆ ਸੀਟ ਦਾ, ਚੰਗੀ ਤਰ੍ਹਾਂ ਖੁੱਲ੍ਹ ਗਿਆ। ਦੇਖ ਸਕਦੇ ਤੁਸੀਂ ਲੋਹਾ ਅੰਦਰੋਂ ਸੀਟ ਦਾ ਦਿਖਣ ਲੱਗ ਗਿਆ, ਜੋ ਵੀ ਇਹ ਕਾਟਨ ਵਗੈਰਾ ਜੋ ਵੀ ਫੋਮ ਹੁੰਦੀ ਆ ਅਤੇ ਫੱਟ ਕੇ ਲੋਹੇ ਦੇ ਬੈਕ ਸਾਈਡ 'ਤੇ ਚਲੇ ਗਈ ਆ ਜੋ ਸੀਟ ਦਾ ਲੋਹਾ ਹੁੰਦਾ ਵਾ। ਸੋ ਹੁਣ ਇਹ ਦੋਨੋਂ ਸੀਟਾਂ ਬਾਹਰ ਕੱਢ ਕੇ ਰਿਪੇਅਰ ਹੋਣਗੀਆਂ। ਇੱਧਰੋਂ ਤੁਸੀਂ ਚੈੱਕ ਕਰ ਸਕਦੇ ਹੋ ਕਵਰ ਪਾ ਰਹੇ ਆ, ਜੇ ਥੋੜ੍ਹੀ ਜਿਹੀ ਜੋ ਆ ਪਿੱਠ ਵਾਲਾ ਕਵਰ ਪਿਆ ਵਾ, ਅਤੇ ਆਹ ਸੀਟ ਤੁਸੀਂ ਦੇਖ ਸਕਦੇ ਹੋ ਖੋਲ੍ਹ ਕੇ ਸੀਟ ਅੰਡਰ ਲਿਆ ਆ। ਆਹ ਜੋ ਫੋਮ ਹੈ ਇੱਦਾਂ ਫਟ ਚੁੱਕਿਆ, ਉਹਨੇ ਫੋਮ ਨੂੰ ਸਲੂਸ਼ਨ ਨਾਲ ਜੋੜ ਕੇ ਇਹਦੇ ਉੱਤੇ ਹੋਰ ਫੋਮ ਲਾ ਦਿੱਤੀ ਜਾਊਗੀ ਤਾਂ ਜੋ ਫੋਮ ਦੁਬਾਰਾ ਅੰਦਰ ਨੂੰ ਪ੍ਰੈਸ ਨਾ ਹੋਵੇ। ਅਤੇ ਬਾਕੀ ਇੱਧਰ ਆਪਣੇ ਡੋਰ ਦੇ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਲੱਗਿਆ ਹੁੰਦਾ, ਇੱਥੇ ਕੱਪੜਾ ਜਿਹਾ ਕੰਪਨੀ ਵੱਲੋਂ ਉਹ ਵੀ ਉਤਾਰ ਦਿੱਤਾ ਗਿਆ, ਮੈਂ ਫਟ ਚੁੱਕਿਆ ਸੀਗਾ। ਇਹ 'ਤੇ ਵੀ ਸੀਟਸ ਨਾਲ ਦੀ ਲੈਦਰ ਲੱਗ ਜੂਗੀ ਜੋ ਦੇਖਣ 'ਚ ਪ੍ਰੀਮੀਅਮ ਲੁੱਕ ਆਊਗੀ ਇੱਕ ਵਾਰ ਅੰਦਰ ਜਦੋਂ ਲੱਗ ਗਈ। ਦੇਖ ਸਕਦੇ ਹੋ ਫੋਮ ਜੁੜ ਚੁੱਕੀ, ਹੁਣ ਫੋਮ ਦੇ ਉੱਤੇ ਬਾਈ ਇੱਕ ਲੈਦਰ ਦਾ ਪੀਸ ਕੱਟ ਕੇ ਲਾ ਰਿਹਾ ਵਾ ਜੋ ਉੱਥੇ ਟੁੱਟਿਆ ਸੀਗਾ ਜੋ ਜੋੜ ਸੀਗਾ, ਸੋ ਉਸ 'ਤੇ ਲੈਦਰ ਦਾ ਪੀਸ ਕੱਟ ਕੇ ਲੱਗ ਰਿਹਾ ਵਾ, ਅਤੇ ਉਸ ਤੋਂ ਬਾਅਦ ਇੱਥੇ ਫੋਮ ਲੱਗ ਕੇ ਥੋੜ੍ਹੀ ਜਿਹੀ ਅਤੇ ਫਿਰ ਸੀਟ ਕਵਰ ਚੜ੍ਹਾ ਦਿੱਤਾ ਜਾਊਗਾ। ਸੋ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸੀਟ ਕਵਰ ਕਿਵੇਂ ਚੜ੍ਹਦਾ ਵਾ ਇਹਦੇ ਉੱਤੇ। ਅਤੇ ਜਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਜੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਚੰਗੀ ਤਰ੍ਹਾਂ ਪ੍ਰੈਸ ਕਰਕੇ ਲੈਦਰ ਨੂੰ, ਕਿਉਂਕਿ ਇਹਨਾਂ ਦਾ ਤਾਂ ਕੰਮ ਰੋਜ਼ ਦਾ ਹੁੰਦਾ, ਇਹਨਾਂ ਨੂੰ ਪਤਾ ਹੁੰਦਾ ਕਿਵੇਂ 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 ਲੱਗਣਾ ਵਾ। ਅਤੇ ਫੋਮ ਹੁੰਦੀ ਹੁਣ ਕਟਿੰਗ ਹੋ ਰਹੀ ਆ, ਹੁਣ ਇੱਥੇ ਫੋਮ ਲੱਗ ਜੂਗੀ ਇਸ ਦੇ ਉੱਤੇ ਤਾਂ ਜੋ ਮਜ਼ਬੂਤੀ ਆ ਜਾਵੇ ਦੁਬਾਰਾ, ਜੋ ਬਕਟ ਫਿੱਟ ਆ ਪ੍ਰੋਪਰ ਬਕਟ ਫਿੱਟ ਬੈਠ ਜਾਵੇ ਸੀਟ ਕਵਰ, ਕੋਈ ਪ੍ਰੋਬਲਮ ਨਾ ਆਵੇ। ਸੋ ਬਹੁਤ ਵਧੀਆ ਕੰਮ ਕਰਦੇ ਆ ਵੀਰ ਹੁਣੀ ਕਾਰ ਸੀਟ ਕਵਰ, ਪ੍ਰਿੰਸ ਕਾਰ ਸੀਟ ਕਵਰ ਡੁਗਰੀ ਰੋਡ 'ਤੇ, ਮੈਂ ਦੁਬਾਰਾ ਦੱਸਦਾ। ਸੋ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰੋ ਇੱਕ ਵਾਰ। ਸੋ ਬਹੁਤ ਵਧੀਆ ਕੰਮ ਕਰਦੇ ਆ ਗੱਡੀ ਦਾ, ਰਿਸਪੋਂਸ ਮੈਂ ਤੁਹਾਨੂੰ ਐਂਡ 'ਤੇ ਚੈੱਕ ਕਰਾਉਂਦਾ ਵਾਂ।
ਸੀਰਾ ਵਾ ਬਹੁਤ ਵਧੀਆ ਫਿਨਿਸ਼ਿੰਗ ਆਈ ਆ ਸੀਟਸ ਦੀ ਸੋ ਬਕਟ ਫਿਟ ਸੀਟ ਕਰਨ ਲਈ ਆਪਾਂ ਨੂੰ ਪਹਿਲਾਂ ਲੋਹੇ ਦਾ ਸਰੀਆ ਜਾਂ ਸੀਟ ਕਵਰ 'ਚ ਪਾਉਣਾ ਪੈਂਦਾ ਵਾ ਇਹਦੇ ਨਾਲ ਹੀ ਪੂਰੀ ਸੀਟ ਦੀ ਬਕਟ ਬਣਦੀ ਆ ਇੱਦਾਂ ਹੀ ਲੱਗਦਾ ਜਿੱਦਾਂ ਜੈਨੂਅਨ ਸੀਟ ਕਵਰ ਹੁੰਦਾ ਏਜੰਸੀ ਤੋਂ ਹੀ ਆਇਆ ਸੋ ਇਹ ਪੈਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦਾ ਵਾਂ ਆਹ ਦੇਖ ਸਕਦੇ ਹੋ ਤੁਸੀਂ ਕੋ ਡਰਾਈਵਰ ਸਾਈਡ ਦੀ ਸੀਟ ਐਨ ਪੂਰੀ ਸੀਟ ਪ੍ਰੋਪਰ ਸੀਟ ਕਵਰ ਬੈਠ ਚੁੱਕਿਆ ਵਾ ਨਹੀਂ ਤਾਂ ਨਾ ਕਵਰ ਹਿਲਦਾ ਹੀ ਰਹਿੰਦਾ ਵਾ ਬੈਕ ਵਾਲੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੀਟ ਕਵਰ ਪ੍ਰੋਪਰ ਐਨ ਇਕੱਲੀ ਇਕੱਲੀ ਚੀਜ਼ ਬੈਠੀ ਆ ਸੀਟ ਦੀ ਜਦੋਂ ਬੈਕ ਵਾਲੀ ਸੀਟ ਵੀ ਮੈਂ ਤੁਹਾਨੂੰ ਦਿਖਾ ਦੇਣਾ ਇਹ ਇੱਕ ਸਾਈਡ ਕੰਪਲੀਟ ਹੋ ਚੁੱਕੀ ਆ ਅਤੇ ਇਸ ਤੋਂ ਬਾਅਦ ਹੁਣ ਦੂਜੀ ਸੀਟ ਸਾਈਡ ਜੋ ਆ ਉਹ ਪਊਗੀ ਦੂਜਾ ਮੁੰਡਾ ਪਾਊਗਾ ਇੱਕ ਹੋਰ ਮੁੰਡੇ ਨੇ ਪਾਈ ਆ ਅਤੇ ਆਹ ਇੱਕ ਐਕਸਟਰਾ ਸੀਟ ਆਪਾਂ ਨਾ ਸੈਂਟਰ 'ਚ ਬਣਾਈ ਹੋਈ ਸੀਗੀ ਸੋ ਇਹ 'ਤੇ ਵੀ ਮੈਂ ਕਵਰ ਚੜ੍ਹਾਉਣ ਲੱਗਿਆ ਵਾਂ ਇਸ ਸੀਟ 'ਤੇ ਵੀ ਸੋ ਇਹ ਵੀ ਆਇਆ ਬੜਾ ਮਿਕਸ ਜਿਹੀ ਹੋ ਜਾਂਦੀ ਆ ਕਈ ਵਾਰ ਕਿਤੇ ਘੁੰਮਣ ਜਾਣਾ ਫੈਮਲੀ ਨੇ ਕੋਈ ਇਕੱਲਾ ਜਾਣਾ ਇਹ 'ਤੇ ਬੈਠ ਜਾਂਦਾ ਕਿਉਂਕਿ 7 ਸੀਟਰ ਆ ਨਾ ਅਤੇ ਸੈਂਟਰ 'ਚ ਫਿਰ 8 ਸੀਟਰ ਜਿਵੇਂ ਲੋੜ ਪੈਂਦੀ ਆ 8 ਸੀਟਰ ਨਹੀਂ ਹੈਗੀ ਸੋ ਇਹ ਵਧੀਆ ਰਹਿੰਦਾ ਵਾ ਬੈਠ ਕੇ ਕਿਸੇ ਨੇ ਬਹਿਣਾ ਤਾਂ ਇਹ 'ਤੇ ਬਹਿ ਜਾਂਦਾ ਵਾ ਅਤੇ ਸਟੇਅਰਿੰਗ ਕਵਰ ਆਪਣਾ ਪੈ ਰਿਹਾ ਵਾ ਅਤੇ ਪੂਰੇ ਦਾ ਪੂਰਾ ਸਟਿੱਚ ਹੋ ਜੂਗਾ ਸਟੇਅਰਿੰਗ ਕਵਰ ਐਨ ਬਾਈ ਲੱਗਿਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਅਤੇ ਬਾਕੀ ਇਸ ਤੋਂ ਬਾਅਦ ਤੁਸੀਂ ਹੁਣ ਚੈੱਕ ਕਰ ਸਕਦੇ ਹੋ ਰਿਸਪੋਂਸ ਸੀਟਸ ਦਾ ਕਿਵੇਂ ਐਨ ਪ੍ਰੋਪਰ ਬੈਠਾ ਸੀਟ ਕਵਰ ਆਪਾਂ ਤਾਂ ਪੂਰੇ ਖੁਸ਼ ਹਾਂ ਬਾਕੀ ਤੁਸੀਂ ਵੀ ਦੱਸਿਓ ਕਿਵੇਂ ਲੱਗੇ ਸੀਟ ਕਵਰਸ ਡੋਰਸ ਵੀ ਆਪਾਂ ਲੱਗ ਚੁੱਕੇ ਆ ਡੋਰਸ 'ਤੇ ਵੀ ਕੱਪੜਾ ਤੁਸੀਂ ਲੈਦਰ ਦੇਖ ਸਕਦੇ ਹੋ ਦੇਖੋ ਅਤੇ ਦੇਖ ਸਕਦੇ ਹੋ ਤੁਸੀਂ ਸੀਟ ਐਨ ਪ੍ਰੋਪਰ ਐਨ ਨਵੀਂ ਬਣ ਗਈ ਹੁਣ ਗੱਡੀ ਹੁਣ 5-7 ਸਾਲ ਕਿਤੇ ਨਹੀਂ ਜਾਂਦੇ ਕਵਰ ਪਹਿਲਾਂ ਵੀ ਜਲਦੀ ਗੱਡੀ ਲਈ ਸੀ 7-8 ਸਾਲ ਨਿਕਲ ਗਏ ਵਧੀਆ ਫਟੇ ਨਹੀਂ ਸੀਗੇ ਪਰ ਗੰਦੇ ਹੋ ਗਏ ਉਹ ਕੱਪੜੇ ਵਾਲੇ ਸੀਗੇ ਮੈਲੇ ਹੋ ਗਏ ਸਾਫ਼ ਨਹੀਂ ਹੁੰਦੇ ਸੀ ਇਹ ਇੱਦਾਂ ਵਾ ਜਲਦੀ ਸਾਫ਼ ਹੋ ਜਾਂਦੇ ਆ ਸੀਟ ਡਰਾਈਵਰ ਸੀਟ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਰਿਪੇਅਰ ਹੋਈ ਆ ਅੱਗੇ ਵਾਲੀ ਦੋਨੋਂ ਸੀਟਾਂ ਹੀ ਰਿਪੇਅਰ ਹੋਈਆਂ ਨੇ ਸਟੀਅਰਿੰਗ ਵੀਲ ਤੁਸੀਂ ਦੇਖ ਲਓ ਐਨ ਪ੍ਰੋਪਰ ਓਕੇ ਹੋ ਗਿਆ 0-0 ਹੁਣ ਲੋਗੋ 'ਤੇ ਆਪਾਂ ਕੋਈ ਇਹਦੇ ਬਲੈਕ ਟੇਪ ਕਰਾਵਾਂਗੇ ਹਾਂਜੀ ਅਤੇ ਹੋਪ ਸੋ ਤੁਹਾਨੂੰ ਵੀਡੀਓ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਅਤੇ ਤੁਹਾਨੂੰ ਸਾਰੀਆਂ ਡਿਟੇਲਸ ਜੋ ਆਪਾਂ ਤੁਹਾਨੂੰ ਦੇਤੀਆਂ ਹੋਣਗੀਆਂ ਅਤੇ ਬਾਕੀ ਮੈਂ ਡਿਸਕ੍ਰਿਪਸ਼ਨ ਬੋਕਸ 'ਚ ਵੀ ਸਾਰਾ ਪਾ ਦੂੰਗਾ ਡਿਟੇਲ ਕਿੱਥੋਂ ਕਿੱਥੋਂ ਕੰਮ ਕਰਾਇਆ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਜੋ ਜੋ ਗੱਡੀ ਦੀਆਂ ਚੇਂਜਿਸ ਕਰਾਵਾਂਗੇ ਵੀਡੀਓ 'ਚ ਅਤੇ ਤਦ ਤੱਕ ਲਈ ਹੁਣ ਧੰਨਵਾਦ ਆਪਣਾ ਅਤੇ ਆਪਣੇ ਘਰਦਿਆਂ ਦਾ ਸਾਰੇ ਵੀ ਧਿਆਨ ਰੱਖਿਓ ਧੰਨਵਾਦ